ਸਤਸੰਗ ਜੀ, ਆਪਾਂ ਸਾਰੇ ਰਲ ਕੇ ਅੱਜ ਬਹੁਤ ਵੱਡੇ ਦਿਹਾੜੇ ਹਨ ਗੁਰੂ ਹਰਿਰਾਇ ਸਾਹਿਬ ਜੀ ਦਾ, ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਣ ਦਾ ਪੁਰਬ ਹੈ। ਔਰ ਇਸ ਪਰਿਵਾਰ ਨੇ ਜੋ ਕਾਰਜ ਆਰੰਭੇ ਹਨ, ਕੁਛ ਹੀ ਦਿਨਾਂ ਤੱਕ ਬੱਚੀ ਦੇ ਅਨੰਦ ਕਾਰਜ ਹਨ, ਉਹਨਾਂ ਕਾਰਜਾਂ ਦੀ ਸਫਲਤਾ ਵਾਸਤੇ ਅੱਜ ਸੋਹਣੇ ਸੁੰਦਰ ਸਮਾਗਮ ਰਚੇ ਹਨ। ਅਰਦਾਸ ਕਰਨੀ ਸੰਗਤ ਮਾਂ ਬਾਪ ਹੁੰਦੀ ਹੈ, ਜਿੱਥੇ ਸੰਗਤ ਅਰਦਾਸ ਕਰਦੀ, ਜਿੱਥੇ ਸੰਗਤ ਬੇਨਤੀ ਕਰ ਦਿੰਦੀ ਹੈ, ਗੁਰੂ ਸਾਹਿਬ ਨੂੰ ਫਿਕਰਾਂ ਪੈ ਜਾਂਦੀਆਂ। ਆਪਾਂ ਸਾਰੇ ਰਲ ਕੇ ਸੰਗਤ ਰੂਪ 'ਚ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ, ਉਸ ਤੋਂ ਬਾਅਦ ਬੱਚੀ ਅੰਮ੍ਰਿਤਪਾਲ ਕੌਰ ਸ਼ਬਦ ਦੀ ਹਾਜ਼ਰੀ ਭਰੇਗੀ। ਤਕਰੀਬਨ 9 ਵਜੇ ਠੀਕ ਸਮਾਪਤੀ ਹੋਏਗੀ। ਆਓ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਜਪਜੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਭਰਨੀ। ਉਸ ਤੋਂ ਪਹਿਲਾਂ ਆਪਾਂ ਸ਼ਹੀਦ ਸਿੰਘਾਂ ਦੇ ਨਾਮ, ਗੁਰਸਿੱਖਾਂ ਦੇ ਨਾਮ, ਗੁਰੂ ਮਹਾਰਾਜ, ਗੁਰੂ ਕੇ ਸਾਹਿਬਜ਼ਾਦਿਆਂ, ਗੁਰੂ ਕੇ ਮਹਿਲਾਂ, 5 ਪਿਆਰਿਆਂ ਦੇ ਨਾਮ ਸਾਰੇ ਹੀ ਬੇਨਤੀ ਰੂਪ 'ਚ ਸਭ ਦੇ ਚਰਨਾਂ 'ਚ ਨਮਸਕਾਰ ਕਰੀਏ। ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਸੰਗਤ ਰੂਪ 'ਚ ਆਪਾਂ ਸਾਰਿਆਂ ਨੇ ਭਰਨੀ। ਆਓ 2 ਮਿੰਟ ਸਾਰੇ ਬੜੇ ਪਿਆਰ ਦੇ ਨਾਲ ਗੁਰੂ ਮਹਾਰਾਜ, ਗੁਰੂ ਕੇ ਪਿਆਰਿਆਂ, ਸੱਚਿਆਰਿਆਂ, ਦੁਲਾਰਿਆਂ, ਗੁਰੂ ਕੇ ਮਹਿਲਾਂ, ਸਭਨਾਂ ਦੇ ਨਾਮ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਿਰਾਇ ਸਾਹਿਬ ਜੀ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ, ਪਿਆਰੇ ਭਾਈ ਸਾਹਿਬ ਸਿੰਘ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ, ਮਾਤਾ ਸੁਲੱਖਣੀ ਜੀ, ਬੇਬੇ ਨਾਨਕੀ ਜੀ, ਮਾਤਾ ਦੌਲਤਾ ਦਾਈ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਮਾਤਾ ਮਨਸਾ ਦੇਈ ਜੀ, ਮਾਤਾ ਪਾਨੀ ਜੀ, ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਾਂ ਦੇਈ ਜੀ, ਬੀਬੀ ਵੀਰੋ ਜੀ, ਧੰਨ ਧੰਨ ਮਾਤਾ ਦਇਆ ਕੌਰ ਜੀ, ਨਿਹਾਲ ਕੌਰ ਜੀ, ਕ੍ਰਿਸ਼ਨ ਕੌਰ ਜੀ, ਧੰਨ ਧੰਨ ਮਾਤਾ ਰਾਮੋ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਅਜੀਤ ਕੌਰ ਜੀ, ਮਾਤਾ ਭਰਾਈ ਜੀ, ਮਾਤਾ ਭਾਗਪੁਰੀ ਜੀ, ਮਾਈ ਭਾਗੋ ਜੀ, ਮਾਈ ਸੇਵਾ ਜੀ, ਮਾਈ ਦੇਸਾਂ ਜੀ, ਮਾਤਾ ਜਮੁਨਾ ਦੇਵੀ ਜੀ, ਮਾਤਾ ਵਿਸ਼ੰਬਰਾ ਦੇਵੀ ਜੀ, ਮਾਤਾ ਸਦਾ ਕੌਰ ਜੀ, ਮਾਤਾ ਜਿਉਣੀ ਜੀ, ਬੀਬੀ ਸ਼ਰਨ ਕੌਰ ਜੀ, ਮਮਤਾਜ ਜੀ, ਦੀਪ ਕੌਰ ਜੀ, ਬੀਬੀ ਕੌਲਾਂ ਜੀ, ਬੀਬੀ ਸੰਤੀ ਜੀ, ਬੀਬੀ ਬਸੰਤ ਕੌਰ ਜੀ, ਧੰਨ ਧੰਨ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੋਤ ਜੀ, ਪਰਮਹੰਸ ਭਾਈ ਭਾਰੋ ਜੁਲਕਾ ਜੀ, ਭਾਈ ਭਗਤੂ ਜੀ, ਸ਼ੀਹਾ ਉੱਪਲ ਜੀ, ਲੰਗਾਹ ਜੀ, ਪੈੜਾ ਜੀ, ਦੁਰਗਾ ਜੀ, ਭਾਨਾ ਜੀ, ਭਾਈ ਬੈਲੋ ਜੀ, ਭਾਈ ਬਾਬਾ ਸ਼ਾਲੋ ਜੀ, ਭਾਈ ਆਕੁਲ ਜੀ, ਭਾਈ ਗੁਰਦਾਸ ਜੀ, ਸਾਈ ਮੀਆਂ ਮੀਰ ਜੀ, ਭਾਈ ਤਿਲਕੂ ਜੀ, ਪਤੰਗ ਜੀ, ਭਾਈ ਮੰਝ ਜੀ, ਭਾਈ ਗੜੀਆ ਜੀ, ਗੋਪਾਲਾ ਜੀ, ਭਾਈ ਮੁਗਲੂ ਜੀ, ਭਾਈ ਸੱਤਾ ਜੀ, ਬਲਵੰਡ ਜੀ, ਭਾਈ ਲੱਦਾ ਜੀ, ਭਾਈ ਲੱਖੂ ਜੀ, ਪੁਰਾਣਾ ਜੀ, ਭਾਈ ਬੁੱਧੂ ਜੀ, ਭਾਈ ਬਿਧੀ ਚੰਦ ਜੀ, ਭਾਈ ਅਦਲੀ ਜੀ, ਭਾਈ ਸੋਮਾ ਸ਼ਾਹ ਜੀ, ਸੁਥਰਾ ਸ਼ਾਹ ਜੀ, ਭਾਈ ਜਗਤਾ ਜੀ, ਭਾਈ ਪੱਲਾ ਜੀ, ਕੰਠਾ ਜੀ, ਕੱਟੂ ਸ਼ਾਹ ਜੀ,
ਭਾਈ ਬਾਬਾ ਫੇਰੂ ਜੀ, ਧੰਨ ਧੰਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਜੀ, ਭਾਈ ਜੀਵਨ ਸਿੰਘ ਜੀ, ਭਾਈ ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਭਾਈ ਸੁੱਖਾ ਸਿੰਘ ਜੀ, ਮਹਿਤਾਬ ਸਿੰਘ ਜੀ, ਲਕਸ਼ਮਣ ਸਿੰਘ ਜੀ, ਸੰਗਤ ਸਿੰਘ ਜੀ, ਸੁਵੇਗ ਸਿੰਘ ਜੀ, ਸ਼ਾਹਬਾਜ਼ ਸਿੰਘ ਜੀ, ਬੋਤਾ ਸਿੰਘ ਜੀ, ਗਰਜਾ ਸਿੰਘ ਜੀ, ਬਾਬਾ ਵੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ, ਭਾਈ ਮਨੀ ਸਿੰਘ ਜੀ, ਮਾਨ ਸਿੰਘ ਜੀ, ਮਹਾਂ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਬਾ ਬਘੇਲ ਸਿੰਘ ਜੀ, ਬੰਦਾ ਸਿੰਘ ਬਹਾਦਰ ਜੀ, ਜਥੇਦਾਰ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਅਕਾਲੀ ਬਾਬਾ ਫੂਲਾ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਹਰੀ ਸਿੰਘ ਨਲੂਆ ਜੀ, ਭਾਈ ਸੱਜਾ ਜੀ, ਭਾਈ ਸਹਿਦਾ ਜੀ, ਭਾਈ ਕਨਈਆ ਜੀ, ਭਾਈ ਨੰਦ ਲਾਲ ਜੀ, ਦੂਜੇ ਭਾਈ ਗੁਰਦਾਸ ਜੀ, ਪੀਰ ਬੁੱਧੂ ਸ਼ਾਹ ਜੀ, ਭਾਈ ਅਜੈ ਸਿੰਘ ਜੀ, ਭਾਈ ਬਾਬਾ ਟੋਡਰਮਲ ਜੀ, ਭਾਈ ਬਾਬਾ ਮੋਤੀ ਰਾਮ ਮਹਿਰਾ ਜੀ, ਬਾਬਾ ਮਾਰਨਾਮ ਸਿੰਘ ਜੀ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਵੀਰ ਅਮਦਾਸ ਜੀ, ਗੁਰਮੁਖ ਸਿੰਘ ਜੀ, ਝੰਡਾ ਸਿੰਘ ਜੀ, ਸ਼ੀਸ਼ਾ ਸਿੰਘ ਜੀ, ਜੀਵਨ ਸਿੰਘ ਜੀ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼, ਬਾਬਾ ਬਚਨ ਸਿੰਘ ਜੀ, ਬਾਬਾ ਖੜਗ ਸਿੰਘ ਜੀ, ਜੈਮਲ ਸਿੰਘ ਜੀ, ਨਾਮਦਾਨ ਸਿੰਘ ਜੀ, ਗੁਰਦਿਆਲ ਸਿੰਘ ਜੀ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਸ਼, ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼, ਬਾਬਾ ਸੇਵਾ ਸਿੰਘ ਜੀ, ਲਾਭ ਸਿੰਘ ਜੀ, ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਬਾਬਾ ਜਵੰਤ ਸਿੰਘ ਜੀ, ਬਾਬਾ ਖੇਮ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਬਾਬਾ ਕੁੰਦਨ ਸਿੰਘ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ, ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਬਾਬਾ ਤੇਜਾ ਸਿੰਘ ਜੀ, ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਮਹਾਂਪੁਰਖ, ਗੁਰੂ ਮਹਾਰਾਜ, ਗੁਰੂ ਕੇ ਮਹਿਲਾਂ, ਗੁਰੂ ਕੇ ਪਿਆਰਿਆਂ ਦੁਲਾਰਿਆਂ ਸਚਿਆਰਿਆਂ ਮਹਾਂਪੁਰਖਾਂ ਗੁਰਸਿੱਖਾਂ ਦੇ ਚਰਨਾਂ 'ਚ ਨਮਸਕਾਰ, 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 ਨਮਸਕਾਰ। ਜਾਨ ਆਪਣਾ ਮੁਝੇ ਨਿਭਾ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ ਕਾਜ। ਬੇਨਤੀ ਬੇਨਤੀ ਬੇਨਤੀ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ ਕਾ। ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਸ ਹਰ ਕੀਆ ਭਇਓ ਕਬੀਰ ਕਬੀਰ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ
माप करो हमरे सब का, हाँ जी आप करो हमरे सब अपने जन का पर्दा टाके अपने सेवक की सर पर राखे अपने दास को दे बढ़ाई अपने सेवक को नाम जपाई अपने सेवक की आप पत राखे ताकि गत मित कोई न लाखे प्रभु के सेवक को ना पहुँचे प्रभु के सेवक ऊंच ते ऊंचे जो प्रभु अपनी सेवा लाया नानक सो सेवक दे दिस प्रगटाया आप करो हमरे सब काज आप करो हमरे तन गुरु गोबिंद सिंह साहे 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 तन गुरु नानक 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 बेनती 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 जोदड़ी जोदड़ी बेनती 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 जोदड़ी 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 आप करो हमरे सब काज आप करो हमरे सब काज जा तू मेरे वल है ता क्या मोशंदा तुद सब किश मैनू सौंपे आ जा तेरा बंदा लखमी तोट ना आवई खाए खर्च रहंदा लख चौरासी मेदनी सब सेव करंदा ए वैरी मित्र सब कीते आ न मंगे मंदा लेखा कोई न पुछई जा घर बख्शंदा आनंद भया सुख पाया मिल गुर गोविंदा सभे काज सवारे जा तुद भावंदा जा तू मेरे वल है जा तू मेरे वल है जा तू मेरे वल जा तू मेरे वल है जा तू मेरे वल है जा तू मेरे वल है जा तू मेरे वल है
ਜਾਂ ਤੂੰ ਮੇਰੇ ਵੱਲ ਹੈ, 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 ਜਾਂ ਤੂੰ ਮੇਰੇ ਵੱਲ ਹੈ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੈ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ, ਸਭ ਕਾਜ ਸਵਾਰਿਆ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਸਭ ਕਾਜ ਸਵਾਰਿਆ, ਸਭ ਕਾਜ ਸਵਾਰਿਆ, ਸਭ ਕਾਜ ਸਵਾਰਿਆ, ਸਭ ਕਾਜ ਸਵਾਰਿਆ। ਜਿਸ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇਂ ਚਿੱਤ ਤਿੰਨ ਕੁੱਲ ਉਧਾਰਿਆ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਬੋਲੋ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, 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 ਜਿਸ ਦਾ ਕਰਤਾ ਮਿੱਤਰ ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਜਨ ਕੋ ਪ੍ਰਭ ਸੰਗੇ ਅਸਨੇ ਹੋ, ਸਾਜਨੋ ਤੂੰ ਮੀਤ ਮੇਰਾ, ਗ੍ਰੇ ਤੇਰੇ ਸਭ ਕੇ ਹੋ, ਸਾਜਨੋ ਤੂੰ ਮੀਤ ਮੇਰਾ, ਸਾਜਨੋ ਤੂੰ ਮੀਤ ਮੇਰਾ, ਗ੍ਰੇ ਤੇਰੇ ਸਭ ਕੇ ਹੋ, ਗ੍ਰੇ ਤੇਰੇ ਸਭ ਕੇ ਹੋ, ਗ੍ਰੇ ਤੇਰੇ ਸਭ ਹੋ, ਗ੍ਰੇ ਤੇਰੇ ਸਭ ਕੇ ਹੋ, ਜਿਸ ਦਾ ਕਰਤਾ ਮਿੱਤਰ ਬਿਪ ਸੁਦਾਮਾ ਦਾਲ ਦੀ,
ਬਾਲ ਸਦਾਈ ਮਿੱਤਰ ਸਦਾਏ ਜਿਸ ਦਾ ਕਰਤਾ ਮਿੱਤਰ ਬਿਪ ਸੁਦਾ ਮਾਂ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਵਣੀ ਮਿਲ ਜਗਦੀਸ਼ ਦਲਿੱਦਰ ਗਵਾਏ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪੋਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਨ ਹਰ ਜੀਆਏ ਛੱਡ ਸਿੰਘਾਸਨ ਹਰ ਜੀਆਏ ਹਰ ਜੀਆਏ ਹਰ ਜੀਆਏ ਹਰ ਜੀਆਏ ਹਰ ਜੀਆਏ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਨ ਹਰ ਜੀਆਏ ਛੱਡ ਸਿੰਘਾਸਨ ਹਰ ਜੀ ਆਏ ਜਿਸ ਦਾ ਕਰਤਾ ਮਿੱਤਰ ਉਹਦੇ ਲਈ ਆਪਣਾ ਸਿੰਘਾਸਨ ਵੀ ਛੱਡਣਾ ਪਏ ਤੇ ਪ੍ਰਮਾਤਮਾ ਛੱਡ ਦਿੰਦਾ ਜਿਹਨੂੰ ਆਪਣਾ ਮਿੱਤਰ ਬਣਾ ਲਏ ਉਹਦੀ ਪਿੱਠ ਨਹੀਂ ਲੱਗਣ ਦਿੰਦਾ ਜਿਹਨੂੰ ਆਪਣਾ ਯਾਰ ਬਣਾ ਲਵੇ ਜਿਹਦਾ ਪ੍ਰਮਾਤਮਾ ਯਾਰ ਬਣ ਜੇ ਆਪਣੇ ਯਾਰ ਲਈ ਵੇਖੋ ਸਿੰਘਾਸਨ ਵੀ ਛੱਡਣਾ ਪਿਆ ਤੇ ਸ਼ਰਮ ਨਹੀਂ ਕੀਤੀ ਖੂਨ ਦੇ ਰਿਸ਼ਤੇ ਕਈ ਵਾਰੀ ਨਖਰੇ ਕਰਦੇ ਨੀ ਮੈਂ ਨੀ ਖਲੋਣਾ ਤੇਰੇ ਨਾਲ ਮੈਂ ਨੀ ਖਲੋਣਾ ਪਰ ਜਿਹਦਾ ਪਰਮਾਤਮਾ ਮਿੱਤਰ ਬਣ ਜੇ ਚਾਕਰ ਬਣ ਜਾਂਦਾ ਚਾਕਰੀ ਕਰਦਾ ਦੱਸ ਪੁੱਤਰਾ ਹੋਰ ਕਿਹੜਾ ਕੰਮ ਕਰਨਾ ਹੈ ਹੋਰ ਕੀ ਬਾਕੀ ਰਹਿ ਗਿਆ ਦੱਸ ਕਿਹੜੇ ਪਾਸੇ ਜਾਵਾਂ ਫਿਰ ਯਾਰ ਕਹਿੰਦਾ ਸਾਰੇ ਪਾਸੇ ਹੀ ਨਿਗਾਹ ਰੱਖ ਕਿਤੇ ਤੋਟ ਨਹੀਂ ਆਉਣੀ ਚਾਹੀਦੀ ਪਰਮਾਤਮਾ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਕੰਮ ਕਰਦਾ ਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆ ਕਿਤੇ ਨਾਮਦੇਵ ਦੀ ਛੱਪੜੀ ਪਾ ਰਹੇ ਨੇ ਕਿਤੇ ਕਬੀਰ ਦੀ ਲੜਕੀ ਦੇ ਕਾਰਜ ਕਰ ਰਹੇ ਨੇ ਕਿਤੇ ਰਵਿਦਾਸ ਦੇ ਕੰਮ ਕਰ ਰਹੇ ਕਿਤੇ ਧੰਨੇ ਦੇ ਹੱਲ ਚਲਾ ਰਹੇ ਨੇ ਛੋਟੀ ਗੱਲ ਹੈ ਕੋਈ ਉਹ ਸੁਪਰੀਮ ਪਾਵਰ ਵੱਸ ਹੋ ਜਾਂਦੀ ਹੈ ਜਦੋਂ ਬੰਦਾ ਪਿਆਰ ਨਾਲ ਤਰਲੇ ਪਾਉਂਦਾ ਬਸ ਪ੍ਰੇਮ ਦਾ ਹੀ ਭੁੱਖ ਹੈ ਪ੍ਰੇਮ ਦਾ ਹੀ ਭੁੱਖ ਹੈ ਸਾਰੀ ਦੁਨੀਆਂ ਜਿਹਦੇ ਵੱਸ ਹੈ ਉਹ ਆਪਣੇ ਪਿਆਰਿਆਂ ਦੇ ਵੱਸ ਹੈ ਸਾਰੀ ਦੁਨੀਆਂ ਨਿਰੰਕਾਰ ਦੇ ਵੱਸ ਹੈ ਨਿਰੰਕਾਰ ਆਪਣੇ ਪਿਆਰਿਆਂ ਦੇ ਵੱਸ ਤੇ ਪਿਆਰੇ ਕੀ ਕਰਦੇ ਪਿਆਰ ਵਿੱਚ ਤਰਲੇ ਪਾਉਂਦੇ ਵੱਸ ਸਾਚ ਕਹੋ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਵੇਖੋ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਨ ਹਰ ਜੀ ਉਹ ਦੁਨੀਆਂ ਵੇਖਦੀ ਰਹਿ ਗਈ ਰਾਣੀਆਂ ਵੇਖਦੀ ਰਹਿ ਗਈਆਂ ਕਿੱਥੇ ਭੱਜੇ ਚੱਲੇ ਨੇ ਨੰਗੇ ਬੈਰੀ ਕ੍ਰਿਸ਼ਨ ਜੀ ਪੈਰਾਂ 'ਚ ਜੁੱਤੀ ਨਹੀਂ ਪਾਈ ਕਿਹੜੀ ਖਬਰ ਸੁਣੀ ਹੈ ਦੁਆਰ ਪਾਰ ਨੇ ਆ ਕੇ ਕੀ ਦੱਸਿਆ ਕੀ ਸੁਣਿਆ ਇਹਨਾਂ ਨੇ ਕਿ ਭੱਜਦੇ ਜਾ ਰਹੇ ਨੇ ਪੈਰਾਂ 'ਚ ਜੋੜਾ ਵੀ ਨਹੀਂ ਪਾਇਆ ਰਾਣੀਆਂ ਪੁੱਛਦੀਆਂ ਮਹਾਰਾਜ ਜੋੜਾ ਤੇ ਪਾ ਲਓ ਕਹਿਣ ਲੱਗੇ ਅੱਜ ਜੋੜਾ ਨਹੀਂ ਪਾਉਣਾ ਅੱਜ ਮੇਰੇ ਬਚਪਨ ਦਾ ਮਿੱਤਰ ਆਇਆ ਦੁਆਰ ਉੱਤੇ ਬੜਾ ਅਰਸਾ ਹੋ ਗਿਆ ਉਹਨੂੰ ਵੇਖੇ ਨਾ ਕੀ ਉਹਦਾ ਕਹਿੰਦੇ ਉਹਦਾ ਨਾਂ ਸੁਦਾਮਾ ਹੈ ਇੰਨਾ ਪਿਆਰ ਕੀਤਾ ਫਿਰ ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਪਹਿਲਾਂ ਕੀ ਕੀਤਾ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਨ ਹਰ ਜੀ ਜਦੋਂ ਦੂਰੋਂ ਸੁਦਾਮੇ ਨੂੰ ਵੇਖਿਆ ਤੇ ਡੰਡੇ ਵਾਂਗ ਲੰਬੇ ਪੈ ਕੇ ਕ੍ਰਿਸ਼ਨ ਜੀ ਨੇ ਡੰਡੋਤ ਕੀਤੀ ਸਾਰੇ ਕ੍ਰਿਸ਼ਨ ਜੀ ਨੂੰ ਡੰਡੋਤ ਕਰਦੇ ਸੀ ਕ੍ਰਿਸ਼ਨ ਜੀ ਨੇ ਆਪਣੇ ਮਿੱਤਰ ਨੂੰ ਡੰਡੋਤ ਕੀਤੀ ਪਰ ਮਿੱਤਰ ਬਣਾਈਏ ਦਿਲੋਂ ਬਣਾਈਏ ਉਹਦੇ ਤੋਂ ਬਿਨਾਂ ਕੋਈ ਕੰਮ ਨਾ ਸਰੇ ਸਾਡਾ ਮਹਾਰਾਜ ਨੂੰ ਬੇਨਤੀਆਂ ਕਰ ਕਰਕੇ ਮਨਾਈਏ ਜਿਵੇਂ ਸਾਰਿਆਂ ਨੂੰ ਮਨਾਉਂਦੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਕਹਿੰਦੇ ਤੁਸੀਂ ਆਓਗੇ ਤੇ ਸ਼ਾਨ ਵਧੇਗੀ ਸਾਡੀ ਸ਼ੋਭਾ ਵਧੇਗੀ ਸਾਡੀ ਇੱਕ ਵਾਰੀ ਕਹਿ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਕਲਗੀਆਂ ਵਾਲੇ ਸਤਿਗੁਰੂ ਮੇਰੇ ਗੁਰੂ ਨਾਨਕ ਸਾਹਿਬ ਜੇ ਤੁਸੀਂ ਆਓਗੇ ਤੇ ਮੇਰੇ ਗਰੀਬ ਦਾ ਕਿੰਨਾ ਕਾਰਜ ਸੋਹਣਾ ਹੋ ਜੇ ਤਰਲੇ ਪਾ ਪਾ ਕੇ ਮਿੰਨਤਾਂ ਕਰ ਕਰਕੇ ਸਤਿਗੁਰੂ ਤੁਸੀਂ ਜ਼ਰੂਰ ਆਏ ਤੁਸੀਂ ਆਪ ਪਹਿਰੇ ਲਾਇਓ ਮਹਾਰਾਜ ਕਹਿਣਗੇ ਜਾ ਫਿਰ ਬੇਫਿਕਰਾ ਹੋਏ ਐਸੀ ਕਿਰਪਾ ਕਰਦੇ ਹੈ ਪ੍ਰਤੱਖ ਨਜ਼ਾਰੇ ਪਿਆਰੇ ਵੇਖਦੇ ਅੱਖੀ ਐਸੀ ਕਿਰਪਾ ਹੁੰਦੀ ਬਸ ਪਿਆਰ ਕਰੇ ਕੋਈ
प्यार करे कोई, बस प्यार दा भुखा है, किसे चीज दा भुखा नहीं, प्यार दा भुखा है। गवांडन कहती है गुरु ग्रंथ साहिब च शब्द है, गवांडन कहती नामिया तेरी छबड़ी किन्ने पाती है नी सोहनी, ओदा पता दस मैनू, या उन्हों कह के मेरी गवांडन की छपड़ी पा ते इतों दुगुनी मजदूरी दे देंगे। नामदेव कहता है गवांडन सुन, वह कौड़िया का भुखा नहीं, वह प्यार का भुखा है, जेड़ी मजदूरी मैं दिती जे तू दवे तो तेरी पा दू, जे तू प्यार की मजदूरी ना दवे कौड़िया भावें ढेर ला दे उन्हें परवाह भी नहीं करनी। पाड़ पड़ोसन पूछ ले नामा कांपे छान सबाई हो, तोपे दुगनी मजूरी देऊ मोको बेटी देहो बताई, रिबाई बेटी देर ना जाई, देख बेटी रेओ समाई हमारे बेटी प्राण अधारा, बेटी प्रीत मजूरी मांगे, जो को छान छबावे हो लोग कुटम सब हूते तो रह तो अपन बेटी आवे हो। वेखो दूरों देख डंडोत कर, सब तो पहला डंडे वांग लंबे पै गए कृष्ण, डंडोत कीती मेरा मित्र आया, मित्र आया, छड़ सिंघासन हर जी आए, फिर की कीता सात संगत जी पहले दे पर दखना आखो सतनाम श्री वाहे गुरु, दूसरा काम कीता सुदामे दी परिक्रमा कीती, सारे कृष्ण जी दी परिक्रमा करते, कैसी खेड है वेखो, सिख गुरु गोबिंद सिंह जी की परिक्रमा करन, जेड़ा सिख गुरु गोबिंद सिंह नू पा जावे गुरु गोबिंद सिंह और सिख दी परिक्रमा करदा है। तिस सेवक के हों बलगारी जो अपने प्रभावे, जेड़ा अपने प्रभु नू पा जाए तिस की सोए सुनी मन करिया तिस नानक परसन आवे। गुरु ग्रंथ साहिब ते लिखे, गुरु ग्रंथ साहिब ते लिखे है असी सारे गुरु नू परसन आए हां, जेड़ा सिख गुरु नू पा जे गुरु ओनू कर परसन जांदा है, गुरु ओनू परसन जांदा है। गुरु हरगोबिंद साहब कहंदे बाबा बुढ़ा जी हुण तुसी दरबार साहब ना आया करो, असी तुहाडे कोल आया करांगे। बाबा बुढ़ा साहब दे अंदर निमरता इन्नी, कहण लगे जी सिख नू सिख ही रहण दे, सिख गुरु कोल ही आउंदा चंगा लगदा, गुरु ना सिख कोल आवे बाबा जी कहना नहीं मनोगे ना, गुरु हरगोबिंद साहब ये कहना नहीं मनांगे, सिख नू सिख रहन दियो, गुरु क्यों चल के आवे सिख कोल, सिख गुरु कोल चल के जावे। ते गुरु हरगोबिंद साहब कहंदे ठीक है बाबा जी, जे तुसी ये गल नहीं मनदे फिर दूसरी गल तुहानू मननी पएगी, तुसी पैदल ना आया करो, असी तुहाडे लई पालकी भेजांगे, तुसी पालकी च बह के आया करो जी। सत है साध संगत जी, फिर एक दिन ऐसा लिखे इतिहास से बाबा बुढ़ा जी पालकी च बैठे ने, चार सेवका ने पालकी फड़ी ते गुरु हरगोबिंद साहब भजे भजे रस्ते विच, एक सेवादार नूं कहिंदे तू परे हो मैनू मोढ़ा लाण दे बाबा बुढ़ा साहब की पालकी नूं, आखो सतनाम श्री वाहे गुरु, तिसकी सोए सुनी मन खरिया तिस नानक परसन, कैसा रिझाया होएगा बाबा बुढ़ा साहब ने गुरु महाराज नूं, गुरु नूं भुख लगती ऐसे सिख दी मैं भी सेवा करन, कमाल दी गल नहीं, सिख गुरु दी सेवा करके प्रसन्न होंदे, गुरु ऐसे बख्शे दी सेवा करके खुश होंदे, जिन्ने अपने आप नूं मिटाया हो, जिन्ने अपने आप नूं मारिया होवे, जेड़ा लोकां दी शर्म ना करे, ए ना वेखे के लोग रुस जाणगे, ए वेखे के मेरा गुरु ना रुस जाए, हर काम च गुरु नू पहल दिंदा है, जेड़ा गुरु उन्नू इन्ना उच्चा चुकदा है, जेड़े उहदे तो रुस के बैठे ने वह भी उन्नू कलेजे ना ला लैंदे, गुरु वरत जांदा है सारे वर। कहिंदे जदों गुरु हरगोबिंद साहिब ने पालकी नू मोढ़ा लाया उसे टाइम बाबा बुढ़ा जी अंदरू बोले महाराज हट जाओ, तुसी सेवक नू पालकी फड़ाओ, तुसी हट जाओ नहीं तो मैं छाल मार देनी पालकी। गुरु हरगोबिंद साहब की अखां भरियां, बाबा बुढ़ा जी मेरा मन नहीं करता तुहाडी सेवा करन, बाबा बुढ़ा साहब कहिंदे तुसी हटदे कि नहीं मैं छाल मारा नहीं ते, पालकी थले रखी बाबा बुढ़ा साहब बाहर आए पैरां च डिग पे, पातशाह सिख नू सिख रहण दिओ, सिख गुरु की पालकी नू मोढ़ा लावे कि गुरु सिख की पालकी नू मोढ़ा लावे। गुरु हरगोबिंद साहब कहंदे बाबा जी साडा मन नहीं करदा, साडा चित नहीं करदा तुहाडी सेवा करी,
ਅੱਛਾ ਬਾਬਾ ਜੀ ਇਹ ਦੱਸੋ ਪਾਲਕੀ ਅੱਗੇ ਤੇ ਪਰਦਾ ਸੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਮੋਢਾ ਲਾਇਆ ਬਾਬਾ ਬੁੱਢਾ ਜੀ ਕਹਿੰਦੇ ਪਹਿਲੇ ਜਾਮੇ ਚ ਆਪੇ ਤੇ ਬਚਨ ਦਿੱਤਾ ਸੀ ਬੁੱਢਿਆ ਤੈਥੋਂ ਹੋਲੇ ਨਾ ਹੋ ਸਾ ਜਿਸ ਮਰਜ਼ੀ ਜੋਤ ਚ ਵਿਚਰਦਾ ਹੋਵਾਂਗਾ ਜਿਸ ਮਰਜ਼ੀ ਰੂਪ ਚ ਵਿਚਰਦਾ ਹੋਵਾਂਗਾ ਬਾਬਾ ਬੁੱਢਾ ਸਾਹਿਬ ਤੁਹਾਡੀ ਅੱਖ ਵੇਖ ਲਏਗੀ ਅਸੀਂ ਕਿੱਥੇ ਮਹਾਰਾਜ ਜਦੋਂ ਪਾਲਕੀ ਨੂੰ ਮੋਢਾ ਲਾਇਆ ਮੈਨੂੰ ਤੇ ਉਦੋਂ ਹੀ ਪਤਾ ਲੱਗਿਆ ਤੁਸੀਂ ਮੋਢਾ ਲਾਇਆ ਇੰਨਾ ਇੰਨਾ ਪਿਆਰ ਕਰਦੇ ਆਪਣੇ ਪਿਆਰੇ ਜਿਹੜੇ ਹਰ ਵੇਲੇ ਉਹਦਾ ਤਰਲਾ ਕੱਢਦੇ ਆਹ ਵੇਖੋ ਕ੍ਰਿਸ਼ਨ ਜੀ ਨੇ ਪਹਿਲੇ ਸਾਧ ਸੰਗਤ ਜੀ ਸਿੰਘਾਸਨ ਛੱਡਿਆ ਦੂਸਰਾ ਕੰਮ ਡੰਡੇ ਵਾਂਗ ਡੰਡੋਤ ਕੀਤੀ ਫਿਰ ਪਰਿਕਰਮਾ ਕੀਤੀ ਚੌਥਾ ਕੰਮ ਕੀ ਕੀਤਾ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗੱਲ ਲਾਏ ਚੌਥਾ ਕੰਮ ਪੈਰੀ ਪਏ ਕ੍ਰਿਸ਼ਨ ਜੀ ਸੁਦਾਮੇ ਦੀ ਪੰਜਵਾਂ ਕੰਮ ਸੁਦਾਮੇ ਨੂੰ ਕਲੇਜੇ ਨਾਲ ਲਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਕੀ ਕੀਤਾ ਚਰਨੋਂ ਦਕ ਲੈ ਪੈਰ ਧੋਏ ਸਿੰਘਾਸਨ ਉੱਤੇ ਬਿਠਾਏ ਛੇਵਾਂ ਕੰਮ ਕੀਤਾ ਪੈਰ ਧੋਏ ਸੁਦਾਮੇ ਨੇ ਤੇ ਸੱਤਵਾਂ ਕੰਮ ਸਿੰਘਾਸਨ ਤੇ ਬਿਠਾਏ ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਲੈ ਕੇ ਤੰਦੁਲ ਚੱਬੇ ਆਉਣ ਵਿਦਾ ਕਰੇ ਅੱਗੇ ਪਹੁੰਚ ਜਾਏ ਕ੍ਰਿਸ਼ਨ ਜੀ ਕਹਿੰਦੇ ਸੁਦਾਮੇ ਆ ਭਰਜਾਈ ਨੇ ਕੁਝ ਭੇਜਿਆ ਨੀ ਸ਼ਰਮ ਆ ਗਈ ਇੰਨੇ ਭੰਡਾਰੇ ਪਏ ਨੇ ਮੈਂ ਕੀ ਕਵਾਂ ਕੱਚੇ ਚੌਲ ਭੇਜੇ ਨੇ ਤਿੰਨ ਮੁੱਠ ਸ਼ਰਮ ਦੀਵਾਰ ਬਣ ਗਈ ਗਰੀਬੀ ਦੀਵਾਰ ਬਣ ਗਈ ਕੀ ਦੱਸਾਂ ਕਿ ਕ੍ਰਿਸ਼ਨ ਜੀ ਤੁਹਾਡੇ ਲਈ ਕੱਚੇ ਚੌਲ ਭੇਜੇ ਨੇ ਤਿੰਨ ਮੁੱਠ ਕ੍ਰਿਸ਼ਨ ਜੀ ਕਹਿੰਦੇ ਸੁਦਾਮਿਆਂ ਦਿੰਦੇ ਕਿ ਨਹੀਂ ਪਹਿਲੇ ਵੀ ਇਹਨਾਂ ਚਾਵਲਾਂ ਨੇ ਪਸੂੜੀ ਪਾਈ ਪਹਿਲੇ ਵੀ ਝੂਠ ਬੋਲਿਆ ਸੀ ਨਾ ਉਸੇ ਕਰਕੇ ਦਲਿੱਦਰੀ ਭੋਗ ਰਹੇ ਆ ਲਿਆ ਦੇ ਦੇ ਸ਼ਰਮ ਨਾ ਕਰ ਜਿਹੜਾ ਭਗਵਾਨ ਹੈ ਪਦਾਰਥਾਂ ਦਾ ਭੁੱਖਾ ਨਹੀਂ ਪ੍ਰੇਮ ਦਾ ਭੁੱਖਾ ਹੈ ਕੱਚੇ ਚੌਲ ਲਏ ਇੱਕ ਮੁੱਠ ਫੱਕਾ ਮਾਰਿਆ ਦੂਸਰੀ ਮਾਰੀ ਰਾਣੀਆਂ ਨੇ ਹੱਥ ਫੜ ਲਿਆ ਜੀ ਪੇਟ ਦਰਦ ਹੋ ਜੇ ਕੱਚੇ ਚੌਲ ਖਾਈ ਜਾਂਦੇ ਰਾਣੀਆਂ ਨੂੰ ਹਜੇ ਰਮਜ ਦਾ ਪਤਾ ਨਹੀਂ ਕਿ ਮੁੱਠਾਂ ਭਰ ਭਰ ਕੇ ਚਾਵਲ ਦੀ ਖਾਂਦਿਆਂ ਸੁਦਾਮੇ ਦੀ ਜਨਮਾਂ ਜਨਮਾਂ ਦੀ ਦਲਿੱਦਰੀ ਕੱਟ ਰਹੇ ਅੰਦਰ ਕੀ ਖੇਡ ਵਰਤ ਰਹੀ ਹੈ ਤੇ ਪਤਾ ਹੀ ਨਹੀਂ ਨਾ ਕਿਸੇ ਨੂੰ ਇੱਕ ਭਗਵਾਨ ਹੀ ਹੈ ਜਿਹੜਾ ਦੇ ਕੇ ਜਤਲਾਉਂਦਾ ਨਹੀਂ ਇੱਕ ਗੁਰੂ ਹੀ ਹੈ ਜਿਹੜਾ ਦੇ ਕੇ ਜਤਲਾਉਂਦਾ ਨਹੀਂ ਸਾਡੇ ਵਰਗਾ ਕਿਸੇ ਦੇ ਇੱਕ ਵਾਰੀ ਕੰਮ ਆਵੇ ਤੇ ਸੌ ਵਾਰੀ ਸੌ ਬੰਦਿਆਂ ਨੂੰ ਜਾ ਕੇ ਦੱਸਦਾ ਮੈਂ ਉਹਦੇ ਕੰਮ ਆਇਆ ਇੱਕ ਗੁਰੂ ਹੀ ਹੈ ਜਿਹੜਾ ਦੇ ਕੇ ਜਤਲਾਉਂਦਾ ਨਹੀਂ ਲੈ ਕੇ ਤੰਦੁਲ ਚੱਬੇ ਆਉਣ ਵਿਦਾ ਕਰੇ ਅੱਗੇ ਪਹੁੰਚਾਏ ਤਿੰਨ ਮੁੱਠ ਚਾਵਲਾਂ ਦੀ ਖਾ ਲਈ ਤੇ ਕਾਫੀ ਦਿਨਾਂ ਬਾਅਦ ਫਿਰ ਕ੍ਰਿਸ਼ਨ ਜੀ ਕਹਿੰਦੇ ਤੂੰ ਜਾ ਘਰ ਹੁਣ ਸ਼ਰਮ ਦੇ ਮਾਰੇ ਕੁਝ ਮੰਗਦਾ ਵੀ ਨਹੀਂ ਤੇ ਮਨ ਹੀ ਮਨ ਸੋਚਦਾ ਕਹਿੰਦੇ ਕਿੰਨਾ ਭੁੱਖਾ ਯਾਰ ਹੈ